ਲੋਕ ਸਭਾ ਦੀਆਂ ਤੀਜੇ ਗੇੜ ਦੀਆਂ 93 ਸੀਟਾਂ ਲਈ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਪੱਖ ਵਿਚ ਕੀਤਾ ਜਾ ਰਿਹਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਪੱਕ ਗਿਆ ਏ। ਪਾਰਟੀਆਂ ਦੇ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਨਾ ਸਿਰਫ਼ ਵੋਟਰਾਂ ਨੂੰ ਭਰਮਾ ਰਹੇ ਨੇ ਬਲਕਿ ਪੂਰੀ ਵਾਹ ਲਗਾ ਰਹੇ ਨੇ। ਇਸ ਗੇੜ ਲਈ ਵੋਟਾਂ 7 ਮਈ ਨੂੰ ਪੁਆਈਆਂ ਜਾਣਗੀਆਂ। ਇਸ ਗੇੜ ਵਿਚ ਜਿਨ੍ਹਾਂ 10 ਸੂਬਿਆਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵੋਟਾਂ ਪੁਆਈਆਂ ਜਾਣੀਆਂ ਨੇ ਉਨ੍ਹਾਂ ਵਿਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7, ਬਿਹਾਰ ਦੀਆਂ 5, ਅਸਾਮ ਅਤੇ ਪੱਛਮੀ ਬੰਗਾਲ ਦੀਆਂ 4-4 ਅਤੇ ਗੋਆ, ਦਾਦਰਾ ਅਤੇ ਨਾਗਰ ਹਵੇਲੀ ਅਤੇ ਦਮਨ ਦੇ ਦਿਓ ਦੀਆਂ 2-2 ਸੀਟਾਂ ਸ਼ਾਮਲ ਨੇ। ਜ਼ਿਕਰਯੋਗ ਏ ਕਿ ਇਸ ਗੇੜ ਵਿਚ ਪਹਿਲਾਂ 94 ਸੰਸਦੀ ਹਲਕਿਆਂ ਵਿਚ ਵੋਟਾਂ ਪੁਆਈਆਂ ਜਾਣੀਆਂ ਸਨ, ਪਰ ਗੁਜਰਾਤ ਦੇ ਸੂਰਤ ਸੰਸਦੀ ਹਲਕੇ ਵਿਚ ਬੀਜੇਪੀ ਦੇ ਉਮੀਦਵਾਰ ਵੱਲੋਂ ਬਿਨਾਂ ਮੁਕਾਬਲਾ ਜਿੱਤਣ ਅਤੇ ਜੰਮੂ ਕਸ਼ਮੀਰ ਦੇ ਅਨੰਤਨਾਗ ਰਾਜੌਰੀ ਸੰਸਦੀ ਹਲਕੇ ਵਿਚ ਵੋਟਿੰਗ ਵਿਚ ਸਿਉਤ ਦੇ ਚਲਦਿਆਂ ਇਸ ਗੇੜ ਵਿਚ 94 ਦੀ ਥਾਂ 93 ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ। ਇਸ ਗੇੜ ਦੀਆਂ ਚੋਣਾਂ ਲਈ ਵੋਟਾਂ ਪੁਆਏ ਜਾਣ ਤੋਂ ਬਾਅਦ ਉੱਤਰ ਪੂਰਬੀ ਸੂਬਿਆਂ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਪੁਡੂਚੇਰੀ, ਲਕਸ਼ਦੀਪ, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਓ ਸਮੇਤ 16 ਸੂਬਿਆਂ ਵਿਚ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਪੂਰਾ ਹੋ ਜਾਵੇਗਾ। ਚੋਣ ਕਮਿਸ਼ਨ ਨੇ ਅਨੰਤਨਾਗ ਰਾਜੌਰੀ ਸੰਸਦੀ ਹਲਕੇ ਲਈ ਵੋਟਾਂ ਪਾਉਣ ਦਾ ਕੰਮ ਤੀਜੇ ਗੇੜ ਦੀ ਥਾਂ ਤੇ 6ਵੇਂ ਗੇੜ ਵਿਚ ਪਾਉਣ ਦਾ ਪ੍ਰੋਗਰਾਮ ਬਣਾਇਆ ਏ। ਇਸ ਸੀਟ ਲਈ ਵੋਟਾਂ ਹੁਣ 7 ਮਈ ਦੀ ਥਾਂ 25 ਮਈ ਨੂੰ ਪਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਫੈਸਲਾ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੱਖ ਵੱਖ ਲੌਜਿਸਟਿਕ, ਸੰਚਾਰ ਅਤੇ ਕੁਦਰਤੀ ਰੁਕਾਵਟਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਏ। ਚੋਣ ਕਮਿਸ਼ਨ ਨੇ ਅਜਮੇਰ ਲੋਕ ਸਭਾ ਹਲਕੇ ਵਿਚ ਪੈਂਦੇ ਨੰਸੀ ਪਿੰਡ ਵਿਚ ਇਕ ਪੋਲਿੰਗ ਬੂਥ ਤੇ ਮੁੜ ਤੋਂ ਵੋਟਾਂ ਪਾਉਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਇਸ ਹਲਕੇ ਲਈ ਦੂਜੇ ਗੇੜ ਦੌਰਾਨ 26 ਅਪ੍ਰੈਲ ਨੂੰ ਵੋਟਾਂ ਪਾਈਆਂ ਗਈਆਂ ਸਨ। ਰਾਜਸਥਾਨ ਦੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨੇ ਦੱਸਿਆ ਕਿ ਇਸ ਪੋਲਿੰਗ ਬੂਥ ਤੇ ਭਲਕੇ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ।